आज मामू शेर बुखारी का जो मेला है उसका चौथा दिन है और चौथे रोज जो है वो बैल दौड़ाए जा रहे हैं और हमारे साथ बाबा जी मौजूद हैं। इनकी भी एक बैलों की टीम है, इनसे जान लेते हैं कि कितनी टीमें जो हैं वो इस वक्त इसमें हिस्सा लेती हैं और जीत के लिए क्या करना पड़ता है बैलों को और किस किस्म की मुश्किलात का सामना करना पड़ता है और कैसे इनकी देखभाल की जाती है, क्या मामलात होते हैं, इनसे जानते हैं। अस्सलाम वालेकुम बाबा जी। वालेकुम अस्सलाम जी। बाबा जी दसीगा कि कितनी टीमें जड़ी ने हर साल हिस्सा लेंगी? 40-50 टीम हिस्सा लेंगी। 40-50 टीम। ਕਿਤੂ ਟੀਮਾਂ ਆਉਂਦੀਆਂ ਨੇ ਇਹਦੇ ਵਿੱਚ ਹਿੱਸਾ ਲੈਣ ਵਾਸਤੇ? ਕਾਲ ਮੁਲਤਾਨ, ਬੂਰਾ, ਜੰਗ, ਆਰਿਫ ਆਲਾ, ਬੜੀ ਦੂਰ ਦੂਰ ਤੋਂ ਟੀਮਾਂ ਆ ਰਹੀਆਂ। ਦੂਰ ਦੂਰ ਤੋਂ ਟੀਮਾਂ ਜਿਹੜੀਆਂ ਨੇ ਉਹ ਇੱਥੇ ਆਉਂਦੀਆਂ ਨੇ ਪਈਆਂ ਇਹ ਰੇਸ ਜਿਹੜੀ ਹੈ ਕਰਵਾਉਣ ਵਾਸਤੇ। ਅੱਛਾ ਇਹ ਦੱਸੀਏਗਾ ਕਿ ਕੀ ਇਨਾਮ ਰੱਖਿਆ ਜਾਂਦਾ ਹੈ ਜਿੱਤਣ ਵਾਲੀ ਟੀਮ? 8 ਤੋਲੇ ਚਾਂਦੀ ਦਾ ਇਨਾਮ ਹੈ ਜਿੱਥੇ ਤਕਸੀਮ ਕਰੇ ਸਨ 8 ਥਾਂ। ਅੱਛਾ 8 ਤੋਲੇ ਚਾਂਦਾ ਚਾਂਦੀ ਜਿਹੜੀ ਉਹਨੂੰ ਦਿੱਤੀ ਜਾ ਸੀ ਟਰਾਫੀ। ਟਰਾਫੀ ਵੀ ਹੈ ਭਾਈ ਨਾਲ। ਅੱਛਾ ਇਹ ਦੱਸੋ ਬਈ ਇਹ ਕਦੋਂ ਤੋਂ ਸ਼ੁਰੂ ਹੋ ਰਿਹਾ ਮੇਲਾ? ਇਹ ਪੁਰਾਣੇ ਪਿਓ ਦਾਦੇ ਗੁਜ਼ਰ ਗਏ ਨੇ ਇੱਥੇ। ਜਿਸ ਦਾ ਮਤਲਬ ਇਹ ਲਾਇਆ ਜਾਂਦਾ ਹੈ? ਇਹ ਸ਼ੁਰੂ ਹੋਇਆ। ਕਿਹੜੇ ਕਿਹੜੇ ਮਤਲਬ ਇਹ ਤਾਂ ਹੁਣ ਬੈਲ ਵਾਲਾ ਹੈ ਨਾ, ਹੋਰ ਕਿਹੜੇ ਕਿਹੜੇ? ਕੌੜੀਆਂ ਆਉਂਦੀਆਂ ਨੇ ਇੱਥੇ, ਟੋਰੇ ਵਾਲੇ ਦਾਦ ਆਉਂਦੇ ਹਨ, ਖਾਲ ਤੇ ਬਣਦੇ ਹਨ, ਉਹ ਬਣਦੇ ਹਨ, ਰੇੜੀਆਂ ਵਾਲੇ ਆਉਂਦੇ ਹਨ, ਕੁਸ਼ਤੀ ਆਉਂਦੀਆਂ ਹਨ, ਬੜੇ ਸ਼ੌਂਕ ਆ ਨੇ। ਇਹ ਹੁਣ ਕਿਹੜੀ ਹੈ ਬਾਈ? ਇਹ ਦਾਦੇ ਬੈਲ ਖੋਪੇ ਵਾਲੀ। ਖੋਪੇ ਵਾਲੇ ਫਿਰ ਕਿਤਨੀ ਉਮਰ ਵਾਲਾ ਜਿਹੜਾ ਦਾਦ ਹੋਏ ਹਿੱਸਾ ਲੈਂਦਾ ਹੈ? ਕੋਈ ਐਡੇ ਐਡੇ ਬੱਚੇ ਲੈਨੇ ਆ, ਪਾਲ ਕੇ ਵੱਡੇ ਕਰੇ ਨੇ ਆ, ਨਾਲ ਨਾਲ ਟ੍ਰੇਨਿੰਗ ਵੀ ਹੁੰਦੀ ਰਹਿੰਦੀ ਆ ਜੀ ਆ ਨਾਲ ਨਾਲ ਕਿੰਨੀ ਉਮਰ ਤੱਕ ਜਿਹੜਾ ਹੈ ਇੱਕ ਮਦਮਲ ਚੌਗਾ ਛਿੱਗਾ ਹੋ ਕੇ ਤੇ ਜਿਹੜੇ ਬੁੱਢੇ ਹੁੰਦੇ ਨੇ ਉਸਲੇ ਛੁੱਟੀ ਕਰ ਦਿੰਦੇ ਕਈ ਆ ਖਰਾਇਤ ਕਰੇ ਦਿੰਦੇ ਆ। ਅੱਛਾ ਤੁਸੀਂ ਕਿੱਥੋਂ ਆਏ? ਅਸਾਂ ਚੱਕਰਿਆਉ ਸਨ ਜੋ ਆਇਆ ਯਾਰੂ ਵਾਲਾ। ਯਾਰੂ ਵਾਲਾ ਕੀ ਟੀਮ ਹੁਣ ਤੁਹਾਡੀ ਕੀ ਖੇਡ ਲਈ ਹੈ ਜਾਂ ਅਜੇ ਮੁੜ ਉਹਨਾਂ ਦੇ ਪੈ ਦੋ ਦਾਂ ਦਾ ਲਿਖਾ ਲੈਂਦਾ? ਦੋ ਦਾਂ ਦਾ ਲਿਖਾ ਲੈਂਦਾ ਜੀ। ਅੱਛਾ ਇਹ ਹੁਣ ਕਿਹੜਾ ਰਾਊਂਡ ਏ ਪਿਆ? ਦੂਸਰਾ ਮੁੜ ਉਸ ਤੋਂ ਗੱਟ, ਤੀਸਰਾ ਉਸ ਤੋਂ ਗੱਟ, ਚੌਥਾ ਉਸ ਤੋਂ ਗੱਟ, ਪੰਜਵਾਂ ਉਸ ਤੋਂ ਗੱਟ, ਛੇਵਾਂ ਉਸ ਤੋਂ ਗੱਟ, ਸੱਤਵਾਂ ਉਸ ਤੋਂ ਗੱਟ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਮਾਸ਼ਾਅੱਲਾ ਟੀਮ ਖੇਲ ਲਈ ਆ? ਹਾਂਜੀ ਬਹੁਤ ਅੱਛੀ ਬਾਤ, ਦੌੜ ਰਹੇ ਹਾਂ, ਦੌੜ ਰਹੇ ਹਾਂ, ਸਹੀ ਦੌੜ ਰਹੇ ਹਾਂ। ਠੀਕ ਹੈ। ਕਿਆ ਅਬ ਕੌਨ ਸਾ ਰਾਊਂਡ ਹੈ? ਕਿਤਨੇ ਹੋ ਗਏ, ਕਿਤਨਾ ਬਾਕੀ? ਤਕਰੀਬਨ ਕਾਫੀ ਦੇਰ ਤੋਂ ਵੱਜਣ ਲੱਗਾ ਹੈ, ਤਕਰੀਬਨ 10-12 ਯੋਗ ਹੋ ਰਹੇ ਹੈਗੇ। 10-12 ਯੋਗ ਇੱਕ ਟੀਮ? ਹਾਂ ਨਹੀਂ, 4-5 ਟੀਮਾਂ ਦਾ ਮੁਕਾਬਲਾ ਹੈ। 4-5 ਟੀਮਾਂ? ਹਾਂਜੀ। ਮੁਬਾਰਕ ਜੀ। ਕਿਤਨਾ ਇੱਕ ਹੋਰ ਖਿਡਾਵਣਾ ਉਹਨਾਂ ਨੂੰ ਹੋਰ ਜੀ ਫਾਈਨਲ ਤੱਕ ਜਾਸੋ ਜਿੱਥੋਂ? ਅੱਛਾ ਇਹਦੀ ਕੀ ਸੂਰਤ ਹਾਲ ਹੁੰਦੀ ਹੈ ਬਈ, ਕਿਤਨੀ ਵਾਰੀ ਜਿਹੜਾ ਬੈਲ ਹਾਲ ਹੈ ਜੀ? ਇੰਨੀਆਂ ਜੀ 2 ਮਿੰਟ ਖੇਡਣੇ ਨੇ ਜੀ, ਦੀ ਹੁਣ 57 'ਚ ਬੰਦਾ ਖਲੋਤਾ ਜਿਹਾ ਕਹਿੰਦਾ ਜੀ, ਅੱਗ ਮਮਲੀ ਬਲੋਚ 56 ਬੰਨਾ ਜੀ, ਉਸ ਤੋਂ ਬਾਅਦ ਜੀ ਦਾਨ ਜੁਪਦੇ ਪੈਣ ਜੀ, ਉਸ ਨੂੰ ਕੋਈ ਨਹੀਂ ਹਾਲੇ ਤੱਕ ਅਪੜਦਾ ਪਿਆ ਜੀ, ਜੇ ਲਦਾਨ ਉਸ ਨੂੰ ਚੰਗਾ ਕੋਈ ਅਪੜਿਆ ਤਾਂ ਮੁੜ ਉਸ ਨੂੰ ਲਾਇਓ ਨੇ ਤਾਂ ਮੁੜ ਚੰਗੇ ਦੌੜ ਬਣ। ਅੱਛਾ ਇਹ ਸੂਰਤ ਹਾਲ ਹੁੰਦੀ ਹੈ ਭਾਈ ਕਿ 2 ਮਿੰਟ ਦੇ ਵਿੱਚ ਜਿਸ ਬੈਲ ਨੇ ਜਿਤਨੇ ਚੱਕਰ ਕੱਟੇ ਨੇ ਪੈ, ਉਸ ਦਾ ਉਸ ਨੂੰ ਕੀ ਮੁਕਾਬਲਾ ਕਰਨਾ ਹੁੰਦਾ ਦੂਏ ਆਉਣ ਵਾਲੇ ਬੈਲ ਨੂੰ? ਨਹੀਂ ਜੀ, ਇਨਾਮੀ ਜਲਸਾ ਹੈ, ਜਿਹੜਾ ਦਾਨ ਮੁਕਾਬਲੇ ਬਣ ਸੀ 57-82, 58-82, 56-82, ਉਹਦਾ ਨੰਬਰ ਬਣ ਸੀ ਪਹਿਲੇ ਇਨਾਮ, 5 ਟੋਲੇ ਚਾਂਦੀ ਹੈ,
5000 इनाम है पहले पहले ना 5 तोले सोन अपना चांदी है ते 5000 रुपया हां 5000 रुपया और पाग वगैरह मिलेगी।